ਪੰਜਾਬ ਸਰਕਾਰ ਨੇ ਕਿਹਾ ਜੀ ਵੀ ਕਿਸਾਨ ਬਦਰਮੀ ਖੇਤੀ ਕਰਨ ਅਤੇ ਉਹਨਾਂ ਨੂੰ 17,000 ਰੁਪਇਆ ਪ੍ਰਤੀ ਏਕੜ ਦਿੱਤਾ ਜਾਵੇ, ਕਿਵੇਂ ਦੇਖਦੇ ਹੋ? ਜਿਹੜਾ ਪੰਜਾਬ ਸਰਕਾਰ ਨੇ ਇਹ ਐਲਾਨ ਕੀਤਾ ਗਾ ਵੀ ਜਿਹੜਾ ਕਿਸਾਨ ਜੀਰੀ ਨੇ ਲਿਆਊਗਾ ਬਦਰਮੀ ਫਸਲ ਬੀਜੂਗਾ ਵੀ ਅਸੀਂ 17,000 ਰੁਪਇਆ ਏਕੜ ਮਗਰ ਦੇਵਾਂਗੇ, 17,000 ਨਾ ਦੇਵੇ ਸਰਕਾਰ, ਘੱਟੋ ਘੱਟ ਏਕਾ ਜ਼ਮੀਨ ਦਾ 60,000 ਰੁਪਇਆ ਇੱਕ ਕਿਸਾਨ ਦੇ 30,000 ਰੁਪਇਆ ਕਿੱਲੇ ਮਗਰ ਖਾਤੇ ਪਵਾਵੇ, ਜਿਵੇਂ ਕਿਸੇ ਕਿਸਾਨ ਕੋਲ 10 ਕਿੱਲੇ 3 ਲੱਖ ਰੁਪਇਆ ਉਹਨੇ ਖਾਤੇ ਪਵਾ ਦੇ ਅਤੇ ਉਹ ਹੋਰ ਫਸਲ ਬੀਜ ਲੂਗਾ। ਪਰ ਜੇ ਕਹੇ ਕਿਸ਼ਤਾਂ 'ਚ ਪੈਸੇ ਦੇਵਗੇ, ਇਸ ਗੱਲ 'ਤੇ ਸਾਨੂੰ ਸਰਕਾਰ 'ਤੇ ਕੋਈ ਭਰੋਸਾ ਨਹੀਂ। ਸਰਕਾਰ ਨੇ ਤਾਂ ਇਹ ਕਿਹਾ ਸੀਗਾ ਬਿਨਾਂ ਗਰਦੌਰੀ ਤੋਂ ਮੁਆਵਜ਼ਾ ਦੇਵੇ, ਗੂਹ ਦਿੱਤਾ ਨਹੀਂ ਪੰਜਾਬ ਸਰਕਾਰ ਨੇ, ਮੁਰਗੀ ਦੇ ਪੈਸੇ ਦੇਵਾਂਗੇ, ਪਸ਼ੂਆਂ ਦੇ ਮਰਿਆਂ ਦੇ ਪੈਸੇ ਨਹੀਂ ਦਿੱਤੇ, 1,000 ਰੁਪਇਆ ਲੇਡੀਜ਼ ਨੂੰ ਕਰਿਆ ਜੀ ਉਹਨਾਂ ਨੂੰ ਨਹੀਂ ਦਿੱਤਾ, ਇਸ ਕਰਕੇ ਸਰਕਾਰ 'ਤੇ ਕੋਈ ਭਰੋਸਾ ਨਹੀਂ ਕਰਿਆ। ਮੈਂ ਕਿਸਾਨਾਂ ਨੂੰ ਕਹਿਣਾ, ਹਾਂ ਜੇ ਪਹਿਲਾਂ ਤੁਹਾਡੇ ਖਾਤੇ ਪਾਉਂਦੇ ਨੇ ਫਿਰ ਜਮ੍ਹਾਂ ਝੋਨਾ ਨਾ ਲਾਇਓ, ਪਰ ਜੇ ਲਾਰੇ ਲਾਉਂਦੇ ਨੇ ਵੀ ਕਿਸ਼ਤਾਂ 'ਚ ਪੈਸੇ ਪਾਵਾਂਗੇ, ਫਿਰ ਆਪਦਾ ਝੋਨਾ ਹੀ ਲਾ ਲੈਣ, ਕਿਸਾਨ ਸੌਖੇ ਰਹਿਣ। ਪਹਿਲਾਂ ਵੀ ਮੂੰਗੀ 'ਤੇ ਕਿਹਾ ਸੀ ਕਿਸਾਨਾਂ ਨੂੰ ਵੀ ਕਿਸਾਨ ਮੂੰਗੀ ਵੇਚਣ, ਮੁੱਖ ਮੰਤਰੀ ਨੇ ਕਿਹਾ ਸੀਗਾ ਮੂੰਗੀ 'ਤੇ ਕਿਹਾ ਸੀਗਾ ਵੀ ਜੇ ਵਪਾਰੀ ਘੱਟ ਰੇਟ 'ਤੇ ਖਰੀਦੂਗਾ ਭਰਵਾਈ ਦੇਵਾਂਗੇ ਅਸੀਂ, ਉਹ ਨਹੀਂ ਦਿੱਤੀ। ਅਤੇ ਐਤਕੀ ਤਾਂ ਖੇਤੀਬਾੜੀ ਮੰਤਰੀ ਨੇ ਬਿਆਨ ਹੀ ਦਿੱਤਾ ਸੀ ਮੂੰਗੀ ਖਰੀਦ ਹੀ ਨਹੀਂ ਸਕਦੇ, ਫਿਰ ਜੇ ਮੂੰਗੀ ਖਰੀਦਣ ਤੋਂ ਜਵਾਬ ਦਿੱਤਾ ਇਹੋ ਜਿਹਾ ਸਾਨੂੰ 17,000 ਦੇਣਗੇ। ਕਿਸਾਨ ਆਪਦੇ ਹਿਸਾਬ ਨਾਲ ਚੱਲਣ, ਸਰਕਾਰਾਂ 'ਤੇ ਕੋਈ ਭਰੋਸਾ ਨਾ ਕਰਨ। ਕਹਿੰਦੇ ਪਾਣੀ ਥੱਲੇ ਜਾ ਰਿਹਾ ਦਿਨੋ ਦਿਨ ਅਤੇ ਕਿਸਾਨ ਵੱਧ ਝੋਨਾ ਲਾ ਰਹੇ ਨੇ, ਇਸ ਕਰਕੇ ਇਹ ਸਰਕਾਰ ਕਿਸਾਨਾਂ ਨੂੰ 17,000 ਰੁਪਇਆ ਦੇਵੇਗੀ। 1,30,000 ਕਰੋੜ ਦੀ ਵਾਧੀ ਹੈ, ਹੈ ਪਹਿਲਾਂ ਅਨਾਜ ਕਿੰਨੀ ਉਮਰਾਂਗੇ ਕਿ ਪਾਣੀ ਕਿੰਨੀ ਉਮਰਾਂਗੇ? ਪਾਣੀ ਦੇਖੀਓ ਕਿਤੇ ਮੁੱਕੂਗਾ ਉਦੇ ਦੇਖ ਲਾਂਗੇ, ਜਿੱਦੇ 'ਤੇ ਅਸੀਂ ਮਰਾਂਗੇ। ਪਰ ਤਾਂ ਇਹ 1,30,000 ਕਰੋੜ ਦੀ ਵਾਧੀ, ਉਹਨੂੰ ਅਨਾਜ ਚਾਹੀਦਾ। ਇੱਕ ਹਰਿਆਣਾ ਅਤੇ ਪੰਜਾਬ ਹੀ ਹੈ ਜਿਹੜਾ ਅਨਾਜ ਪੈਦਾ ਕਰਕੇ ਤਾ, ਜੇ ਅਨਾਜ ਘੱਟ ਗਿਆ ਲੋਕ ਲੀਡਰ ਨੂੰ ਕੱਚਿਆਂ ਨੂੰ ਖਾ ਜਾਣਗੇ, ਪਾਣੀ ਦੇਖਾਂਗੇ ਜਿੱਦੇ ਮੁੱਕੂਗਾ। ਪਰ ਸਾਨੂੰ ਜਿਹੜੀ ਫਸਲ ਸਾਡੇ ਠੀਕ ਬਹਿੰਦੀ ਹੈ ਅਸੀਂ ਉਹੀ ਬੀਜਾਂਗੇ।